ਭੂਤ ਪ੍ਰੇਤ ਹੈ ਕਿ ਨਹੀਂ, ਇੱਕ ਬਹੁਤ ਵੱਡਾ ਸਵਾਲ ਹੈ। ਇਹ ਸਵਾਲ ਚੱਕਣ ਵਾਲੇ ਨਾ ਤਾਂ ਅਸੀਂ ਪਹਿਲੇ ਹਾਂ ਲੋਕ, ਹਾਂ ਨਾ ਆਖਰੀ। ਨਹੀਂ, ਭੂਤ ਪ੍ਰੇਤ ਦੇਖੇ ਤਾਂ ਨਹੀਂ ਜੀ। ਮੇਰੇ ਘਰ ਮਕਾਨ ਹੈ ਮੇਰਾ ਬਣਿਆ ਹੋਇਆ, ਉਹਦੇ ਵਿੱਚ ਪਿਛਲਾ ਕਮਰਾ ਜਿਹੜਾ, ਉਹਦੇ ਵਿੱਚ ਨਾ ਕੋਈ ਆਵਾਜ਼ ਆਉਂਦੀ ਹੈ। ਆਵਾਜ਼ ਇੱਦਾਂ ਦੀ ਆਉਂਦੀ ਹੈ ਵੀ ਜਿੱਦਾਂ ਕੋਈ ਬੋਲ ਮਾਰਦਾ ਹੁੰਦਾ ਪੂਰੇ ਜ਼ੋਰ ਨਾਲ। ਹਾਂਜੀ, ਉਹ ਦੇਖਿਆ ਹੈ ਨਹੀਂ ਕਿਸੇ ਨੇ ਪਰ ਅੱਜ ਤੱਕ, ਲੇਕਿਨ ਉਹਦੀ ਆਵਾਜ਼ ਕੋਈ ਹੋਰ ਬੰਦਾ ਵੀ ਖੜ੍ਹਾ ਹੁੰਦਾ ਨਾ ਉੱਥੇ, ਉਹਨੂੰ ਜੱਜਮੈਂਟ ਹੁੰਦੀ ਹੈ ਜ਼ਰੂਰ ਵੀ ਹਾਂ ਕੋਈ ਆਵਾਜ਼ ਹੈਗੀ ਹੈ, ਕੋਈ ਚੀਜ਼ ਹੈ। ਤਾਂ ਇੱਕ ਦੋ ਗਿਆਨੀ ਨੂੰ ਵੀ ਕਿਹਾ ਮੈਂ, ਕਿਸੇ ਦੇ ਕੋਈ ਬਾਤ ਬਣੀ ਨਹੀਂ ਹੈ। ਅਤੇ ਤਰਕਸੀਲ ਵਾਲੇ ਵੀ ਆਏ ਸੀ, ਉਹਨੂੰ ਡਾਕਟਰ ਸਾਹਿਬ ਇੱਥੇ ਆਪਣੇ ਏਰੀਆ ਦਾ ਇੰਚਾਰਜ, ਉਹਨੂੰ ਕਿਹਾ ਸੀ ਵੀ ਭਾਈ ਦੇਖ ਇਹਨੂੰ, 1.5 ਸਾਲ ਹੋ ਗਏ ਡਾਕਟਰ ਸਾਹਿਬ ਤਾਂ ਲਾਰੇ ਲਾਈ ਜਾ ਮੈਨੂੰ, ਉਹ ਤਾਂ ਆ ਨਹੀਂ ਰਿਹਾ ਮੇਰੇ ਕੋਲ, ਹੁਣ ਮੈਂ ਦੇਖਦਾ ਕੋਈ ਹਿੱਲਾ ਕਰਦਾ। ਜਾਦੂ ਟੂਣਾ ਭੂਤ ਪ੍ਰੇਤ ਸਿਰਫ ਇੱਕ ਵਹਿਮ ਆ, ਔਰ ਸਿਰਫ ਵਹਿਮ ਤੋਂ ਬਗੈਰ ਕੁਛ ਵੀ ਲੋਕ ਐਵੇਂ ਡਰਾਉਂਦੇ ਆ। ਇਹਨਾਂ ਦੇ ਵਿੱਚ ਕੋਈ ਕਿਸੇ ਨੇ ਅਨਾਜ ਤੱਕ ਦੇਖਿਆ ਭੂਤ ਪ੍ਰੇਤ, ਐਵੇਂ ਸੁਣੀਆਂ ਸੁਣਾਈਆਂ ਗੱਲਾਂ, ਇਹਨਾਂ ਦੇ ਵਿੱਚ ਕੁਛ ਵੀ ਨਹੀਂ ਗਾਗਾ, ਯਕੀਨ ਰੱਖੋ ਰੱਬ 'ਤੇ, ਬਾਕੀ ਕੋਈ ਗੱਲ ਨਹੀਂ। ਇੱਕ ਵਾਰ ਦੀ ਗੱਲ ਹੈ ਵੀ ਮੈਨੂੰ ਭੂਤ ਟੱਕਰਿਆ ਜ਼ਰੂਰ ਹੈ, ਤਾਂ ਮੈਂ ਵੇਖਿਆ ਤਾਂ ਝਾਂਜਰਾਂ ਵਾਲੀ ਨਾਂ ਸੀਗਾ ਉਹਦਾ, ਪੁੱਠ ਪੈਰੀ ਬੋਲਦੇ ਸੀਗੇ ਉਹਨੂੰ। ਤਾਂ ਮੈਂ ਰਾਤ ਨੂੰ ਨਹੀਂ 12:30 ਦੀ ਗੱਲ ਹੈ, ਆਪਣੇ ਘਰ ਤੋਂ ਯਾਨੀ ਬਾਹਰ ਤੋਂ ਆਪਣੇ ਘਰ ਆ ਰਿਹਾ ਸੀਗਾ, ਤਾਂ ਰਸਤੇ ਵਿੱਚ ਮੈਨੂੰ ਯਾਨੀ ਛਣ ਛਣ ਦੀ ਆਵਾਜ਼ ਆਈ, ਛਣ ਛਣ ਦੀ ਆਵਾਜ਼ 'ਚ ਮੈਂ ਸੋਚਿਆ ਵੀ ਯਾਰ ਚੱਲ ਕੋਈ ਐਸੀ ਗੱਲ ਹੋਣੀ। ਬਾਅਦ 'ਚ ਪਤਾ ਲੱਗਿਆ ਕਹਿੰਦੇ ਵੀ ਇਹਦਾ ਯਾਨੀ ਵੀ ਝਾਂਜਰਾਂ ਵਾਲੀ ਦਾ ਰੌਲਾ ਸੁਣਿਆ ਹੋਇਆ ਸੀਗਾ ਵੀ ਪੁੱਠ ਪੈਰੀ ਬੋਲਦੇ ਆ ਉਹਨੂੰ। ਮੈਂ ਆਇਆ, ਆਉਂਦੇ ਆਉਂਦੇ ਮੇਰੇ ਪਿੱਛੇ ਛਣ 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 ਹੁੰਦੀ ਆਈ ਗਈ, ਛਣ ਛਣ ਹੁੰਦੀ ਆਈ ਗਈ, ਅਤੇ ਮੈਂ ਆ ਕੇ ਕੌਲੇ ਦੇ ਨੇੜੇ ਲੱਗ ਗਿਆ। ਕੌਲੇ ਦੇ ਨੇੜੇ ਲੱਗਿਆ ਤਾਂ ਉੱਥੇ ਮੇਰੇ ਨਾਲ ਹੀ ਨਾਲ ਮੈਂ ਇੱਕ ਡਿੰਗ ਪੱਟਦਾ ਸੀਗਾ, ਅਤੇ ਨਾਲ ਹੀ ਨਾਲ ਮੈਨੂੰ ਛਣ ਛਣ ਦੀ ਆਵਾਜ਼ ਆਉਂਦੀ ਰਹਿੰਦੀ। ਹੁੰਦਾ ਹੁੰਦਾ ਮੈਨੂੰ ਇਤਨਾ ਡਰ ਲੱਗਿਆ, ਇੰਨਾ ਡਰ ਲੱਗਿਆ ਕਿ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਿਆ, ਮੇਰੇ ਗਲੋਂ ਆਵਾਜ਼ ਹੀ ਨਹੀਂ ਨਿਕਲੀ। ਤਾਂ ਆਵਾਜ਼ ਨਾ ਨਿਕਲਣ ਕਾਰਨ ਮੈਂ ਯਾਨੀ ਪਿੱਛੇ ਮੁੜ ਕੇ ਨਾ ਦੇਖ ਸਕਿਆ, ਨਾ ਆਵਾਜ਼ ਦੇਖਿਆ, ਨਾ ਕਿਸੇ ਨੂੰ ਪਤਾ ਲੱਗਿਆ। ਭੂਤ ਪ੍ਰੇਤੋਂ ਪਰ ਤਾਂ ਮੈਂ ਵਿਸ਼ਵਾਸ ਨਹੀਂ ਕਰਦੀ ਬਿਲਕੁਲ ਵੀ, ਕਿਉਂਕਿ ਸਾਇੰਸ ਇਤਨੀ ਜ਼ਿਆਦਾ ਤਰੱਕੀ ਕਰ ਚੁੱਕੀ ਹੈ ਕਿ ਮਤਲਬ ਯਕੀਨ ਹੀ ਨਹੀਂ ਆਤਾ ਕਿ ਭੂਤ ਪ੍ਰੇਤ ਹੈ ਵੀ ਕਿ ਨਹੀਂ। ਅਗਰ ਬੱਚੋਂ ਸੇ ਪੁੱਛੋ, ਹਮ ਖੁਦ ਕਹਾਣੀਆਂ ਸੁਣਾਤੇ ਹੈ ਉਨਕੋ ਕਿ ਭੂਤ ਪ੍ਰੇਤ ਹੈ, ਲੇਕਿਨ ਵੈਸੇ ਓਰਿਜਨਲ ਮੇਂ ਨਹੀਂ ਹੈ। ਬਾਕੀ ਜਹਾਂ ਤੱਕ ਜਾਦੂ ਟੋਨੇ ਕੀ ਬਾਤ ਹੈ, ਵੋ ਹੈ ਵੋ ਹੈ ਵੋ ਐਸੇ ਕਿ ਜੈਸੇ ਹਮ ਡੇਰਾ ਸਾਹਿਬ ਜਾਤੇ ਹੈ, ਮਾਨਤੇ ਹੈ ਉਸ ਜਗ੍ਹਾ ਕੋ, ਤੋ ਵਹਾਂ ਪੇ ਜਾ ਕੇ ਜੋ ਮੈਂ ਦੇਖਤੀ ਹੂੰ ਕਿ ਵੋ ਲੋਕ ਜੈਸੇ ਚੌਂਕੀ ਭਰ ਰਹੇ ਹੋਤੇ ਹੈ ਜਾਂ ਸਿਰ ਘੁਮਾ ਰਹੇ ਹੋਤੇ ਹੈ, ਤੋ ਵਹਾਂ ਸੇ ਮੁਝੇ ਤਬ ਮੈਨੇ ਪਹਿਲੀ ਵਾਰ ਦੇਖਾ ਥਾ ਸ਼ਾਦੀ ਕੇ ਬਾਅਦ, ਤਬ ਮੁਝੇ ਪਤਾ ਚਲਾ ਥਾ ਕਿ ਇਨਕੋ ਕੁਛ ਕੀਆ ਹੂਆ ਕਿਸੀ ਨੇ, ਇਨਕੇ ਉੱਪਰ ਜਾਦੂ ਕੀਆ ਹੂਆ, ਤੋ ਤਾਂ ਤਬ ਸੇ ਯਕੀਨ ਆਨੇ ਲਗਾ ਕਿ ਜਾਦੂ ਟੋਨਾ ਲੋਕ ਕਰਤੇ ਹੈ ਇੱਕ ਦੂਸਰੇ ਕੇ ਉੱਪਰ ਕਿਸੀ ਕੋ ਗਿਰਾਨੇ ਕੇ ਲੀਏ। ਜਿੰਨੇ ਕੁ ਕੇਸਿਸ ਦੇ ਅਸੀਂ ਕੰਮ ਕੀਤਾ ਹੁਣ ਤੱਕ, ਜਿੰਨੀਆਂ ਕੁ ਘਟਨਾਵਾਂ ਦੀ ਛਾਣਬੀਣ ਕੀਤੀ ਅਸੀਂ ਇਸ ਸੀਰੀਅਲ ਦੇ ਰਾਹੀਂ, ਸਾਨੂੰ ਕਿਤੇ ਵੀ ਕੋਈ ਅਜਿਹੀ ਚੀਜ਼ ਨਜ਼ਰ ਨਹੀਂ ਆਈ। ਸਾਨੂੰ ਨਜ਼ਰ ਆਇਆ ਕੁਛ ਮਨੋਵਿਗਿਆਨਕ ਤੌਰ 'ਤੇ ਉਲਝੇ ਹੋਏ ਵਿਅਕਤੀ, ਕੁਛ ਸ਼ਖਸੀਅਤਾਂ, ਜਾਂ ਕੁਛ ਅਜਿਹੇ ਲੋਕ ਜਿਹੜੇ ਕਿ ਭੂਤ ਪ੍ਰੇਤਾਂ ਦੀ ਆੜ ਦੇ ਵਿੱਚ ਆਪਣਾ ਉੱਲੂ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਭਗਤੋ, ਤੁਸੀਂ ਭਾਗਾਂ ਵਾਲੇ ਹੋ, ਜੋ ਮਹਾਤਮਾ ਜੀ ਤੁਹਾਡੇ ਉੱਪਰ ਮਿਹਰਬਾਨ ਹੋਏ ਨੇ, ਭਰ ਲਓ ਝੋਲੀਆਂ, ਹੁਣ ਚਮਤਕਾਰ ਹੋਣਗੇ, ਤੁਹਾਡੇ ਸਿੱਕੇ ਨੋਟਾਂ ਦੀਆਂ ਥਈਆਂ ਵਿੱਚ ਬਦਲ ਜਾਣਗੇ। ਪਰ ਖਬਰਦਾਰ, ਜੇ ਕਿਸੇ ਨੇ ਬਾਬਿਆਂ ਦੀ ਕਰਨੀ ਉੱਪਰ ਸ਼ੱਕ ਕੀਤਾ ਤਾਂ ਸਭ ਕੁਝ ਸਵਾਹ ਹੋ ਜਾਵੇਗਾ, ਤੁਹਾਡੇ ਸਿੱਕੇ ਵੀ ਜਾਣਗੇ ਤੇ ਨੋਟ ਵੀ ਜਾਣਗੇ, ਨਰਕ ਪਿੱਛੇ ਪੈ ਜਾਣਗੇ, ਘੋਰ ਨਰਕ। ਸੋ ਧਿਆਨ ਧਰੋ, ਹੌਸਲਾ ਕਰੋ ਤੇ ਝੋਲੀਆਂ ਭਰੋ। ਚੱਲ ਵੀ ਸੂਰਜਾ, ਫੈਲਾ ਬਾਬਾ ਜੀ ਦੇ ਅੱਗੇ ਆਪਣੀ ਝੋਲੀ। ਜੈ ਬਾਬੇ ਦੀ, ਜੈ ਬਾਬੇ ਦੀ। ਇੱਕ ਦਿਨ ਘਰ ਵਿੱਚ ਇੱਕ ਸਿਆਣੀ ਲਿਆਂਦੀ ਗਈ, ਉਸ ਸਮੇਂ ਜੋ ਘਟਨਾ ਵਾਪਰੀ ਉਸਨੇ ਤਾਂ ਸਾਰੇ ਪਰਿਵਾਰ ਦਾ ਖੂਨ ਹੀ ਨਿਚੋੜ ਕੇ ਰੱਖ ਦਿੱਤਾ। ਬਾਈ ਜੀ, ਬਾਈ ਜੀ, ਸਰ ਜੀ, ਭਾਬੀ ਤਾਂ ਐਵੇਂ ਨਾ ਹੀ ਹੁੰਦਾ, ਕਰਨ ਵਾਲੇ ਤਾਂ ਵਿਅਕਤੀ ਹੁੰਦੇ ਨੇ। ਸਾਨੂੰ ਜਦੋਂ ਵੀ ਅਜਿਹੇ ਪਰਿਵਾਰਾਂ ਵਿੱਚ ਬੁਲਾਇਆ ਜਾਂਦਾ,
ਅਸੀਂ ਇਹਨਾਂ ਘਰਾਂ ਵਿੱਚੋਂ ਵਿਅਕਤੀਆਂ ਨੂੰ ਲੱਭਦੇ ਨੇ, ਲੋਕ ਭੂਤਾਂ ਪੇਤਾਂ ਲੱਭਦੇ ਨੇ, ਉਹਨਾਂ ਨੂੰ ਮਿਲਦਾ ਕੁਝ ਨਹੀਂ। ਅਸੀਂ ਹਰ ਗੱਲ ਦੀ ਵਿਚਾਰ ਕੀ ਕਿਉਂ ਕਿਵੇਂ ਤੇ ਕਰਦੇ ਹਾਂ। ਧੀ ਤਾਂ ਸਰਦਾਰ ਜੋਗਾ ਸਿੰਘ ਦੀ ਲੱਖਾਂ 'ਚੋਂ ਇੱਕ ਹੈ, ਕਾਲਜ ਪੜ੍ਹਦੀ ਆ ਅਤੇ ਸਾਰੇ ਘਰ ਦਾ ਕੰਮ ਜਾਣਦੀ ਆ। ਜਦੋਂ ਮਿਲੇ ਖਿੜੇ ਮੱਥੇ, ਬੜੀ ਭਾਗਾਂ ਵਾਲੀ ਕੁੜੀ ਆ। ਮੈਂ ਤਾਂ ਕਹਿੰਦੀ ਹਾਂ ਜਿਹਦੇ ਘਰ ਜਾਓ ਘਰ ਰੋਸ਼ਨ ਆ ਦੂੰ। ਬਾਕੀ ਤੁਸੀਂ ਸਰਦਾਰ ਜੋਗਾ ਸਿੰਘ ਨੂੰ ਤਾਂ ਜਾਣਦੇ ਆ, ਕਿੱਡੇ ਵੱਡੇ ਬੰਦੇ ਆ ਸੁੱਖ ਨਾਲ। ਹਾਂ ਬਈ, ਜੋਗਾ ਸਿੰਘ ਦਾ ਕੀ ਕਹਿਣਾ, ਪੂਰੀ ਉੱਪਰ ਤੱਕ ਪਹੁੰਚਿਆ, ਪੂਰੇ 4-5 ਸਾਲਾਂ ਤੋਂ ਲਗਾਤਾਰ ਸਰਪੰਚ ਜੋ ਬਣਦੇ ਆ ਰਹੇ ਨੇ। ਲੈ ਵੀ ਸਾਡੇ ਵੱਲੋਂ ਤਾਂ ਹਾਂ ਜੋਗਾ ਸਿੰਘ, ਤੂੰ ਡੇਟ ਪੱਕੀ ਕਰ। ਸਾਡਾ ਇਹ ਸੀਰੀਅਲ ਬਣਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਲੋਕਾਂ ਨੂੰ ਚਿੰਤਨ ਕੀਤਾ ਜਾ ਸਕੇ। ਪਿਆਰੇ ਦੋਸਤੋ, ਜੇ ਤੁਹਾਡੀ ਜ਼ਿੰਦਗੀ ਵਿੱਚ ਕਿਤੇ ਕੋਈ ਅਜਿਹੀ ਘਟਨਾ ਵਾਪਰੀ ਹੈ ਜਾਂ ਵਾਪਰ ਰਹੀ ਹੈ, ਸਾਨੂੰ ਇਸ ਦੇ ਬਾਰੇ ਦੱਸੋ। ਸਾਡਾ ਇਹ ਸੀਰੀਅਲ ਕਿਸ ਤਰੀਕੇ ਦਾ ਬਣਿਆ, ਇਹ ਕਿਸ ਤਰੀਕੇ ਦਾ ਡਰਾਮਾ ਹੈ, ਤੁਹਾਨੂੰ ਪਸੰਦ ਹੈ ਜਾਂ ਨਹੀਂ, ਸਾਡੇ ਨਾਲ ਸੰਵਾਦ ਰਚਾਓ। ਸਾਡੀਆਂ ਕਮੀਆਂ ਨੇ ਸਾਨੂੰ ਉਹ ਦੱਸੋ, ਜੇ ਚੰਗਾ ਲੱਗਿਆ ਤੁਸੀਂ ਸਾਨੂੰ ਲਿਖੋਗੇ ਤਾਂ ਸਾਡਾ ਬਹੁਤ ਹੌਸਲਾ ਵਧੇਗਾ। ਸਾਡੀ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਸੀਰੀਅਲ ਨੂੰ ਜ਼ਰੂਰ ਦੇਖੋ, ਕਿਉਂਕਿ ਸਾਡਾ ਮਕਸਦ ਕੋਈ ਪ੍ਰੋਫੈਸ਼ਨਲ ਨਹੀਂ ਹੈ। ਅਸੀਂ ਸਿਰਫ ਇਹ ਕਰਨਾ ਚਾਹੁੰਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਵਿਸ਼ਿਆਂ ਦੇ ਉੱਪਰ ਸੰਵਾਦ ਰਚਾਇਆ ਜਾ ਸਕੇ। ਬਹੁਤ ਸਾਰੇ ਲੋਕ ਅਜਿਹੀ ਕਸ਼ਟ ਭਰੀ ਜ਼ਿੰਦਗੀ ਜੀ ਰਹੇ ਨੇ, ਉਹਨਾਂ ਦੇ ਕਸ਼ਟਾਂ ਨੂੰ ਤਾਂ ਹੀ ਕੱਟ ਸਕਦੇ ਹਾਂ ਜੇ ਅਸੀਂ ਸਾਰੇ ਇਕੱਠੇ ਹੋ ਕੇ ਅਜਿਹੇ ਮੁੱਦਿਆਂ ਉੱਪਰ ਵਿਚਾਰਾਂਗੇ। ਤੁਹਾਡੀ ਇਹਦੇ ਬਾਰੇ ਕੀ ਰਾਏ ਹੈ, ਅਸੀਂ ਇਹ ਜਾਣਨ ਲਈ ਹਮੇਸ਼ਾ ਬੇਤਾਬ ਰਹਾਂਗੇ। ਸਾਡੀ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਸੀਰੀਅਲ ਨੂੰ ਦੇਖੋ, ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਦੇ ਬਾਰੇ ਜ਼ਰੂਰ ਦੱਸੋ। ਭੂਤਾਂ ਦੇਖੀਆਂ ਕਦੀ? ਦਿਖਾਵਾਂਗੇ, ਬਹੁਤ ਜਲਦੀ ਦਿਖਾਵਾਂਗੇ ਭੂਤਾਂ ਦਾ ਡਿਸਕੋ ਡਾਂਸ। ਦੇਖਦੇ ਰਹੀਓ ਚੈਨਲ ਪੰਜਾਬ, ਸ਼ਾਨ ਪੰਜਾਬ ਦੀ। Thank you.